ਦਮਿਆ ਓਏ ਦਮਿਆ ਪੁੱਤ, ਜਰਾ ਪਾਣੀ ਦਾ ਗਿਲਾਸ ਤਾਂ ਦੇਈਂ, ਦਵਾਈ ਖਾਣੀ ਏ। ਪਤਾ ਨਹੀਂ ਕਿੱਧਰ ਚਲੀ ਗਈ। ਦਮਿਆ ਜਰਾ ਪਾਣੀ ਦਾ ਗਿਲਾਸ ਦੇ ਦੇ ਪੁੱਤ। ਯਾਰ ਕੀ ਸਿਆਪਾ ਦਾਦੀ ਦਾ ਇੱਕ ਤਾਂ। ਲਓ ਦਾਦੀ ਪਾਣੀ। ਦਾਦੀ ਤੁਹਾਨੂੰ ਮੈਂ ਕਿੰਨੀ ਵਾਰੀ ਕਿਹਾ ਕਿ ਮੇਰੀ ਆਨਲਾਈਨ ਕਲਾਸ ਲੱਗੀ ਹੁੰਦੀ ਹੈ, ਤੁਸੀਂ ਮੈਨੂੰ ਨਾ ਡਿਸਟਰਬ ਕਰਿਆ ਕਰੋ, ਐਵੇਂ ਤੁਸੀਂ ਆਵਾਜ਼ਾਂ ਮਾਰਦੇ ਰਹਿੰਦੇ ਹੋ ਮੈਨੂੰ। ਪੁੱਤ ਮੇਰੀ ਦਵਾਈ ਦਾ ਟਾਈਮ ਹੋ ਗਿਆ ਸੀ, ਮੈਂ ਤਾਂ ਤੈਨੂੰ ਆਵਾਜ਼ਾਂ ਮਾਰਦੀ ਸੀ, ਮੇਰੇ ਗੋਡੇ ਬੜੇ ਦੁਖਦੇ ਪਏ ਸੀ, ਮੈਂ ਤਾਂ ਕਿਹਾ ਮੈਨੂੰ ਪਾਣੀ ਦਾ ਗਲਾਸ ਦੇ ਦੇ। ਦਾਦੀ ਹੁਣ ਇਹ ਨਾ ਕਹਿ ਦਿਓ ਕਿ ਮੇਰੇ ਗੋਡਿਆਂ ਦੇ ਤੇਲ ਮਾਲ ਦੇ, ਮੇਰੇ ਕੋਲ ਟਾਈਮ ਹੈ ਨਹੀਂ, ਮੈਂ ਜਾ ਕੇ ਕਲਾਸ ਵੀ ਲਾਣੀ ਹੈਗੀ ਹੈ, ਤੁਹਾਡੇ ਤੇ ਕੰਮ ਹੀ ਨਹੀਂ, ਸਾਰਾ ਦਿਨ ਮੁੱਕਦੇ, ਕਦੇ ਮੇਰਾ ਆਹ ਕਰ ਦੇ, ਕਦੇ ਮੇਰਾ ਉਹ ਕਰ ਦੇ, ਮੈਂ ਪੜ੍ਹਾਈ ਵੀ ਕਰਨੀ ਆ ਆਪਣੀ। ਨਹੀਂ ਪੁੱਤ ਮੈਂ ਆਪੇ ਤੇਲ ਮਾਲ ਲਵਾਂਗੀ, ਤੂੰ ਜਾ ਆਪਣੀ ਕਲਾਸ ਲਾ ਜਾ। ਠੀਕ ਹੈ। ਹੈਲੋ ਹੈਲੋ ਦਮਿਆ, ਕੀ ਹਾਲ ਹੈ ਤੇਰਾ, ਫੋਨ ਕਿਉਂ ਨਹੀਂ ਚੱਕਦੀ ਸੀ? ਯਾਰ ਦਾਦੀ ਨੇ ਦੁਖੀ ਕੀਤਾ ਪਿਆ, ਕਦੇ ਆਹ ਕਰ ਦੇ, ਕਦੇ ਉਹ ਕਰ ਦੇ, ਕਦੇ ਦਵਾਈ ਦੇ ਦੇ, ਕਦੇ ਪਾਣੀ ਦੇ ਦੇ, ਬਸ ਯਾਰ ਤੂੰ ਪੋਛੀ ਨਾ, ਦੁਖੀ ਹੋਈ ਪਈ ਆ ਮੈਂ ਤਾਂ। ਸ਼ੁਕਰ ਆ ਮੇਰੀ ਦਾਦੀ ਸਾਡੇ ਕੋਲ ਨਹੀਂ ਰਹਿੰਦੀ। ਹੋਰ ਸਹੀ ਕਹਿੰਦੀ ਆ, ਵਧੀਆ ਸਗੋਂ ਤੇਰੀ ਦਾਦੀ ਨਹੀਂ ਹੈਗੀ। ਅੱਛਾ ਸੁਣ, ਅੱਛਾ ਵੀ ਮੌਲ ਘੁੰਮਣ ਚੱਲੀਏ? ਯਾਰ ਦਿਲ ਤਾਂ ਬਹੁਤ ਕਰਦਾ ਏ, ਪਰ ਕੀ ਕਰਾਂ, ਮੰਮੀ ਪਾਪਾ ਵਿਆਹ ਤੇ ਗਏ ਨੇ, ਦਾਦੀ ਇਕੱਲੀ ਘਰ ਹੈ, ਉਹਨੂੰ ਕਿਵੇਂ ਛੱਡ ਕੇ ਆਵਾਂ। ਬਾਹਰੋਂ ਤਾਲਾ ਲਾ ਕੇ ਆ ਜੀ। ਹਾਂ ਤੇਰੀ ਇਹ ਗੱਲ ਤਾਂ ਬਿਲਕੁਲ ਠੀਕ ਹੈ, ਚੱਲ ਫਿਰ ਅੱਜ ਆਪਾਂ ਸ਼ਾਮੀ ਮੌਲ ਹੀ ਘੁੰਮਣ ਚੱਲਦੇ ਹਾਂ। ਹਾਂ ਸ਼ਾਮੀ 7 ਵਜੇ ਮਿਲਦੇ ਹਾਂ। ਚੱਲ ਠੀਕ ਹੈ ਫਿਰ, ਸ਼ਾਮੀ 7 ਵਜੇ ਮਿਲਦੇ ਹਾਂ ਆਪਾਂ। ਬਾਏ ਬਾਏ ਬਾਏ। ਚੰਗਾ ਦਾਦੀ ਮੈਂ ਚੱਲੀ ਹਾਂ, ਮੈਨੂੰ ਮੇਰੀ ਸਹੇਲੀ ਦੇ ਨਾਲ ਕੋਈ ਕੰਮ ਹੈ। ਪੁੱਤ 7 ਵਜ ਗਏ, ਹਨੇਰਾ ਪੈ ਗਿਆ, ਤੂੰ ਕੱਲ੍ਹ ਨੂੰ ਚਲੀ ਗਈ, ਤੇਰੇ ਮੰਮੀ ਪਾਪਾ ਵੀ ਘਰ ਕੋਲ ਨਹੀਂ ਹੈਗੇ। ਦਾਦੀ ਤੁਸੀਂ ਸਾਰਾ ਦਿਨ ਟੋਕਾ ਟਾਕੀ ਕਰਦੇ ਰਹਿੰਦੇ ਹੋ, ਆ ਨਾ ਕਰ, ਉਹ ਨਾ ਕਰ, ਤੁਸੀਂ ਇੱਦਾਂ ਕਿਉਂ ਕਰਦੇ ਹੋ? ਤੁਹਾਡੀ ਉਮਰ ਹੋ ਗਈ ਹੈ ਨਾਮ ਜਪੋ ਚੁੱਪ ਕਰਕੇ, ਮੇਰੀ ਜ਼ਿੰਦਗੀ 'ਚ ਦਖਲ ਅੰਦਾਜ਼ੀ ਤੁਸੀਂ ਬੰਦ ਕਰੋ ਆਪਣੀ। ਤੁਹਾਡੀ ਉਮਰ ਹੋ ਗਈ ਹੈ ਨਾਮ ਜਪੋ ਚੁੱਪ ਕਰਕੇ, ਮੇਰੀ ਜ਼ਿੰਦਗੀ 'ਚ ਦਖਲ ਅੰਦਾਜ਼ੀ ਤੁਸੀਂ ਬੰਦ ਕਰੋ ਆਪਣੀ। ਹੈਲੋ ਹੈਲੋ ਹਾਂਜੀ ਬੀਜੀ, ਕੀ ਹਾਲ ਚਾਲ ਏ? ਮੈਂ ਬਿਲਕੁਲ ਠੀਕ ਬੀਜੀ, ਤੁਸੀਂ ਦੱਸੋ ਅੱਜ ਕਿਵੇਂ ਯਾਦ ਕੀਤਾ? ਬੇਟਾ ਸੁੱਖਾ ਕਰ ਰਹੀ ਏ? ਨਹੀਂ ਬੀਜੀ, ਉਹ ਤਾਂ ਕਿਤੇ ਕੰਮ ਗਈ ਹੋਈ ਨੇ, ਦੱਸੋ ਤੁਸੀਂ ਕੋਈ ਕੰਮ ਸੀ ਤੁਹਾਨੂੰ? ਬੇਟਾ ਮੈਂ ਜਰਾ ਉਹਦੇ ਨਾਲ ਪੈਨਸ਼ਨ ਲੈਣ ਜਾਣਾ ਸੀ, ਜਦੋਂ ਉਹ ਘਰ ਆਵੇ ਤਾਂ ਜਰਾ ਮੈਨੂੰ ਫੋਨ ਕਰ ਦੀ। ਚੰਗਾ ਬੀਜੀ, ਜਿੱਦਾਂ ਹੀ ਇਹ ਘਰ ਆਉਂਦੇ ਆ ਨਾ, ਇਹ ਤੁਹਾਨੂੰ ਫੋਨ ਕਰ ਲੈਂਦੇ ਆ। ਠੀਕ ਹੈ ਬੇਟਾ। ਹੈਲੋ ਰਮਨ, ਮੇਰੀ ਗੱਲ ਸੁਣ ਧਿਆਨ ਨਾਲ, ਦਾਦੀ ਨਾ ਫੋਨ 'ਤੇ ਕਿਸੇ ਨਾਲ ਪੈਨਸ਼ਨ ਬਾਰੇ ਗੱਲ ਕਰਦੇ ਪਏ ਸੀ, ਮੈਂ ਕੋਈ ਜੁਗਾੜ ਲਾਉਂਦੀ ਹਾਂ, ਦਾਦੀ ਕੋਲੋਂ ਪੈਸੇ ਕਢਾਵਾਂਗੀ ਪੈਨਸ਼ਨ ਦੇ, ਅਤੇ ਫਿਰ ਆਪਾਂ ਮੌਲ ਚੱਲਾਂਗੇ। ਕੱਲ੍ਹ ਆਪਾਂ ਇੱਕ ਡਰੈੱਸ ਦੇਖੀ ਸੀ ਨਾ, ਮੈਂ ਉਹ ਖਰੀਦਣੀ ਹੈ, ਤੂੰ ਬਸ ਤਿਆਰ ਰਹੀਂ ਸ਼ਾਮ ਨੂੰ, ਆਪਾਂ ਫਿਰ ਮੌਲ ਜਾਣਾ ਹੈ। ਚੱਲ ਠੀਕ ਹੈ, ਮੈਂ ਫਿਰ ਕਰਦੀ ਹਾਂ ਤੈਨੂੰ ਫੋਨ। ਲਓ ਦਾਦੀ ਪਾਣੀ ਪੀਓ ਤੁਸੀਂ। ਨਹੀਂ ਅੱਜ ਤਾਂ ਮੈਂ ਪਹਿਲਾਂ ਹੀ ਪਾਣੀ ਲਿਆ ਕੇ ਰੱਖ ਲਿਆ, ਮੈਂ ਦਵਾਈ ਵੀ ਖਾ ਲਈ। ਚਲੋ ਫਿਰ ਮੈਂ ਤੁਹਾਡੀਆਂ ਲੱਤਾਂ ਘੁੱਟ ਦਿੰਦੀ ਹਾਂ ਜੇ ਪਾਣੀ ਨਹੀਂ ਲੈਣਾ ਤੁਸੀਂ ਤਾਂ। ਨਹੀਂ ਕੁੜੀਏ, ਧੀਆਂ ਲੱਤਾਂ ਨਹੀਂ ਘੁੱਟਦੀਆਂ ਹੁੰਦੀਆਂ, ਰਹਿਣ ਦੇ ਤੂੰ। ਦਾਦੀ ਕੀ ਗੱਲ ਕਰੀ ਜਾਂਦੇ ਹੋ, ਅੱਜ ਕੱਲ੍ਹ ਕੁੜੀਆਂ ਮੁੰਡਿਆਂ 'ਚ ਕੋਈ ਫਰਕ ਨਹੀਂ ਹੈਗਾ, ਸਾਰੇ ਇੱਕੋ ਵਰਗੇ ਹੁੰਦੇ ਨੇ। ਨਾਲੇ ਸੱਚ ਦਾਦੀ, ਤੁਸੀਂ ਫੋਨ ਕਰਦੇ ਪਏ ਸੀਗੇ, ਕੀ ਕਹਿੰਦੇ ਪਏ ਸੀ ਤੁਸੀਂ? ਉਹ ਪੈਨਸ਼ਨ ਲੈਣੀ ਸੀ ਨਾ, ਉਹ ਸੁੱਖੇ ਨੂੰ ਫੋਨ ਕੀਤਾ ਸੀ, ਮੈਂ ਕਿਹਾ ਮੈਨੂੰ ਨਾਲ ਲੈ ਜਾ, ਪੈਨਸ਼ਨ ਲਿਆਉਣੀ। ਲੈ ਦਾਦੀ ਤੁਸੀਂ ਉਹਨੂੰ ਕਾਹਤੋਂ ਫੋਨ ਕੀਤਾ, ਮੈਨੂੰ ਦੱਸ ਦਿਓ ਤੁਸੀਂ, ਮੈਂ ਤੁਹਾਨੂੰ ਲੈ ਜਾਣਾ ਸੀਗਾ ਜੀ। ਤੇਰਾ ਉਹ ਕੰਮ ਪੜ੍ਹਾਈ ਪੜੂਈ ਵਾਲਾ ਚੱਲਦਾ ਰਹਿੰਦਾ ਨਾ, ਕੀ ਕਹਿੰਦੇ ਨੇ ਆਨਲਾਈਨ, ਜਾਂ ਤੂੰ ਆਪਣਾ ਉਹ ਪੜ੍ਹਾਈ ਕਰ ਲੈ। ਮੇਰੀ ਗੱਲ ਸੁਣੋ ਦਾਦੀ, ਤੁਹਾਡੇ ਤੋਂ ਉੱਪਰ ਪੜ੍ਹਾਈ ਹੋ ਗਈ ਕਿਤੇ? ਕੁਛ ਨਹੀਂ ਹੁੰਦਾ, ਤੁਸੀਂ ਤਿਆਰ ਹੋਵੋ, ਮੈਂ ਤੁਹਾਨੂੰ ਲੈ ਜਾਂਦੀ, ਆਪਾਂ ਲੈ ਆਉਂਦੇ ਜਾ ਕੇ ਪੈਨਸ਼ਨ। ਚਲ ਠੀਕ ਹੈ। ਚਲੋ ਠੀਕ ਹੈ ਫਿਰ, ਤਿਆਰ ਹੋ ਜਿਓ।
ਚਲੋ ਦਾਦੀ ਅੰਦਰ। ਜਾ ਪੁੱਤ ਇੱਕ ਗਿਲਾਸ ਪਾਣੀ ਲੈ ਕੇ ਆ। ਲਿਆਈ ਦਾਦੀ। ਲਓ ਦਾਦੀ ਪਾਣੀ ਪੀਓ ਤੁਸੀਂ। ਦਾਦੀ ਨਾਲੇ ਨਾ ਤੁਸੀਂ ਮੈਨੂੰ 3000 ਰੁਪਇਆ ਦੇ ਦਿਓ। ਪੁੱਤ ਤੂੰ 3000 ਨੂੰ ਕੀ ਕਰਨਾ? ਦਾਦੀ ਕੋਈ ਕੰਮ ਤੁਸੀਂ ਟੋਕੇ ਬਿਨਾਂ ਨਹੀਂ ਕਰ ਸਕਦੇ ਹੈਗੇ। ਜਦ ਮੈਂ ਕਿਹਾ ਮੈਨੂੰ 3000 ਚਾਹੀਦਾ ਤਾਂ ਤੁਸੀਂ ਦੇ ਦਿਓ ਨਾ ਮੈਨੂੰ 3000। ਪੁੱਤ ਪੈਸੇ ਤੁਹਾਡੇ ਹੀ ਨੇ, ਕੱਲ ਨੂੰ ਤੁਹਾਡੇ ਹੀ ਕੰਮ ਆਣੇ ਨੇ। ਦਾਦੀ ਕੱਲ ਵੀ ਸਾਡੇ ਤੇ ਅੱਜ ਵੀ ਸਾਡੇ, ਫਿਰ ਤੁਸੀਂ ਅੱਜ ਹੀ ਮੈਨੂੰ ਦੇ ਦਿਓ ਨਾ। ਲੈ ਪੁੱਤ ਜੇ ਆ ਲੈ। ਥੈਂਕ ਯੂ ਦਾਦੀ। ਪੁੱਤ ਗੱਲ ਸੁਣੀ, ਆ ਬੈਠ ਜਾਣਾ। ਹਾਂਜੀ ਦਾਦੀ ਦੱਸੋ। ਮੇਰੀ ਇੱਕ ਹੋਰ ਪੈਨਸ਼ਨ ਵੀ ਹੈਗੀ ਏ ਦਾਦੀ। ਇੱਕ ਹੋਰ ਪੈਨਸ਼ਨ? ਹਾਂ, ਜਿੱਦਾਂ ਇਸ ਪੈਨਸ਼ਨ ਤੇ ਤੁਹਾਡਾ ਹੱਕ ਏ, ਉਸ ਪੈਨਸ਼ਨ ਤੇ ਵੀ ਤੁਹਾਡਾ ਹੀ ਹੱਕ ਏ। ਅੱਛਾ ਦਾਦੀ, ਉਹ ਕਿਹੜੀ ਫਿਰ ਪੈਨਸ਼ਨ ਹੈ? ਸਭ ਦਾ ਸਤਿਕਾਰ ਕਰਨਾ, ਹੌਸਲੇ ਨਾਲ ਜ਼ਿੰਦਗੀ ਬਿਤਾਉਣੀ, ਕੋਈ ਮੁਸ਼ਕਲ ਪਵੇ ਤਾਂ ਉਹਦਾ ਸਾਹਮਣਾ ਡਟ ਕੇ ਕਰਨਾ, ਔਖੇ ਵੇਲੇ ਸਭ ਦੇ ਕੰਮ ਆਉਣਾ, ਰਿਸ਼ਤਿਆਂ ਦੀ ਕਦਰ ਕਰਨੀ, ਪਰਿਵਾਰ ਨੂੰ ਸਾਰੇ ਨੂੰ ਇੱਕ ਕਰਕੇ ਰੱਖਣਾ, ਇਹ ਵੀ ਤਾਂ ਸਾਡੀ ਕਮਾਈ ਏ ਜਿਹੜੀ ਤੁਸੀਂ ਨੌਜਵਾਨਾਂ ਨੇ ਸੰਭਾਲ ਕੇ ਰੱਖਣੀ ਹੈ। ਅਸੀਂ ਅਕਸਰ ਆਪਣੇ ਬਜ਼ੁਰਗਾਂ ਦੀ ਮਿਹਨਤ ਤੋਂ ਬਾਅਦ ਮਿਲਣ ਵਾਲੀ ਪੈਨਸ਼ਨ ਤੇ ਹੱਕ ਰੱਖਦੇ ਹਾਂ, ਪਰ ਉਹਨਾਂ ਨੇ ਉਮਰ ਭਰ ਇਮਾਨਦਾਰੀ ਤੇ ਹੌਸਲੇ ਨਾਲ ਜ਼ਿੰਦਗੀ ਜਿਉਣ ਤੇ ਰਿਸ਼ਤਿਆਂ ਨੂੰ ਨਿਭਾਉਣ ਦੀ ਜੋ ਕਮਾਈ ਕੀਤੀ ਹੈ, ਉਸਦੀ ਪੈਨਸ਼ਨ ਨੂੰ ਸਾਂਭਣ ਦੀ ਜ਼ਿੰਮੇਵਾਰੀ ਕੀ ਸਾਡੀ ਨਹੀਂ